ਤੇ ਫਾਈਨਲੀ ਗਾਈਜ਼ ਆਪਣੇ ਕਾਲਜ ਦੀ ਐਡਮਿਸ਼ਨ ਅੱਜ ਹੋ ਚੁੱਕੀ ਹੋਈ ਆ ਤੇ ਕਾਲਜ ਜਾਣਾ ਗਾਈਜ਼ ਅੱਜ ਆਡੀਟੋਰੀਅਮ ਵਾਸਤੇ ਇਹ ਤੇ ਆ ਅਸੀਂ ਆਪਣਾ ਕਾਲਜ ਭਾਈ ਆਡੀਟੋਰੀਅਮ ਆਈ ਆ ਨਾ ਯਾਰ ਦਾਦਾ ਓ ਮਾਈ ਗੋਡ ਐ ਮੈਂ ਰਾਜ ਤੇ ਕਰਨ ਸੀਗੇ ਬੀਕੋਮ ਵਾਲੇ ਤੇ ਇਹ ਸੀ ਬੀਸੀ ਵਾਲਾ ਮੈਨੂੰ ਕਹਿੰਦੀ ਬਾਹਰ ਚੱਲ ਕਹਿੰਦੀ ਵਾਹ ਕੀ ਬਾਤ ਹੈ ਆ ਚੀਜ਼ ਵਧੀਆ ਨਾ ਯਾਰ ਸਕੂਲ ਤੋਂ ਸਕੂਲੋਂ ਆਪਾਂ ਬਾਹਰ ਨਹੀਂ ਆ ਸਕਦੇ ਕਾਲਜ ਜਦੋਂ ਮਰਜੀ ਬਾਹਰ ਆਓ ਜਦੋਂ ਰਹਿੰਦੇ ਆ ਅੰਦਰ ਕਰੀਮਾ ਕਰੂਮਾ ਵਧੀਆ ਪਾਈਆਂ ਹੋਈਆਂ ਹਾਂਜੀ ਤੇ ਕੀ ਹਾਲ ਚਾਲ ਨੇ ਗਾਈਜ਼ ਤੇ ਟਾਈਟਲ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਜੱਪਿੰਗ ਕਾਲਜ ਦੀ ਐਡਮਿਸ਼ਨ ਹੋ ਚੁੱਕੀ ਹੋਈ ਆ ਨਹੀਂ ਤੇ ਵੈਲਕਮ ਬੈਕ ਟੂ ਜਨ ਗਾਈਜ਼ ਕਿਦੋਂ ਸਾਰੇ ਹੋਪ ਕਰਦਾ ਕਿ ਸਾਰੇ ਠੀਕ ਹੋਣਗੇ ਤੇ ਮੈਂ ਬਿਲਕੁਲ ਠੀਕ ਹਾਂ ਤੇ ਫਾਈਨਲੀ ਗਾਈਜ਼ ਆਪਣੇ ਕਾਲਜ ਦੀ ਐਡਮਿਸ਼ਨ ਅੱਜ ਹੋ ਚੁੱਕੀ ਹੋਈ ਆ ਤੇ ਮੈਂ ਥੋੜ੍ਹਾ ਬਹੁਤ ਤਿਆਰ ਹੋਇਆ ਅੱਜ ਪੱਗ ਬੰਨੀ ਆ ਤੇ ਕਾਲਜ ਜਾਣਾ ਗਾਈਜ਼ ਅੱਜ ਆਡੀਟੋਰੀਅਮ ਵਾਸਤੇ ਆਡੀਟੋਰੀਅਮ ਸ਼ਾਇਦ ਕਾਲਜ ਦਿਖਾਉਣਗੇ ਹਾਲ ਵਗੈਰਾ ਹੋਊਗਾ ਜਿਹੜਾ ਆਡੀਟੋਰੀਅਮ ਉਹਨੂੰ ਕਹਿੰਦੇ ਆ ਸ਼ਾਇਦ ਉਹ ਵਿਖਾਉਣਗੇ ਅਤੇ ਤੁਹਾਨੂੰ ਵੀ ਅਸੀਂ ਨਾਲ ਨਾਲ ਵਿਖਾਵਾਂਗੇ ਅਤੇ ਇੰਜੋਏ ਕਰਿਓ ਅਤੇ ਮੁੰਡਾ ਆ ਰਿਹਾ ਲੈਣ ਉਹਦੇ ਨਾਲ ਚੱਲਦੇ ਹਾਂ ਅਤੇ ਆਪਣੇ ਨੌ ਨਹੀਂ ਆ ਦੋ ਬੀਕੌਮ ਓਨਰਸ 'ਤੇ ਕਰ ਰਿਹਾ ਜਿਹੜੀ ਮੈਂ ਬੀਕੌਮ ਓਨਰਸ ਦੋ ਜਿਹੜੇ ਹੈਗੇ ਆ ਮੁੰਡੇ ਉਹ ਮੇਰੇ ਨਾਲ ਕਲਾਸ 'ਚ ਸੀਗੇ ਅਤੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ ਅਤੇ ਆਉਂਦੇ ਆ ਅਤੇ ਫਿਰ ਚੱਲਦੇ ਹਾਂ ਜੁੜੇ ਰਹੋ ਅੱਛਾ ਚਲੀਏ ਅਤੇ ਗਾਈਜ਼ ਇਹ ਨੇ ਜੇ ਉਹਨਾਂ ਨੇ ਆਪਣੇ ਨਾਲ ਐਡਮਿਸ਼ਨ ਲਿੱਤੀ ਆ ਸ਼ੁਕਰ ਹੈ ਲੈ ਲਈ ਯਾਰ ਕਿਸੇ ਨੇ ਮੈਨੂੰ ਸੀਗਾ ਮੈਂ ਇਕੱਲਾ ਰਹਿ ਜੂੰਗਾ ਕਿਉਂਕਿ ਡਿੰਪਲ ਨੂੰ ਤਾਂ ਮਿਲ ਹੀ ਨਹੀਂ ਉੱਥੇ ਅਤੇ ਐਨਕਾ ਉਨਕਾ ਲਾ ਕੇ ਆਇਆ ਪਰ ਆਪਾਂ ਸਿੰਪਲ ਹੀ ਹਾਂ ਅੱਜ ਮੈਂ ਕਿਹਾ ਯਾਰ ਫਿਰ ਕੱਪੜੇ ਨਾ ਜਦੋਂ ਕਾਲਜ ਸਟਾਰਟ ਹੋਣਗੇ ਚਾਹੀਦੇ ਨਾ ਉਦੋਂ ਪਾਵਾਂਗੇ ਹੁਣ ਹੈ ਚਲਦੇ ਇੱਕ ਮੁੰਡਾ ਹੋਰ ਆ ਹੁਣ ਜਾ ਕੇ ਫਿਰ ਚੱਲਦੇ ਹਾਂ ਸਿੱਧਾ ਤਾਂ ਪਿੱਛੇ ਹੋ ਕੇ ਬੈਠੀਏ ਅਤੇ ਗਾਈਜ਼ ਪਹੁੰਚ ਚੁੱਕੇ ਹੋਏ ਹਾਂ ਤਿਆਰ ਸੀਗੇ ਹੋਰ ਮੁੰਡੇ ਗਾਈਜ਼ ਬਾਈ ਜੀ ਨੂੰ ਪਹਿਲਾਂ ਤਾਂ ਹੱਥ ਮਿਲਾ ਲਿਆ ਸੀ ਪਰ ਵਲੌਗ ਚ ਆਪਾਂ ਇੱਕ ਵਾਰੀ ਹੋਰ ਮਿਲਾ ਲਈਏ ਅਤੇ ਆ ਸੀ ਆਪਣਾ ਕਾਲਜ ਫਾਈਨਲੀ ਯਾਰ ਐਡਮਿਸ਼ਨ ਹੋ ਚੁੱਕੀ ਹੋਈ ਹੈ ਫਾਈਨਲੀ ਏਅਰਪੋਰਟ ਲਾ ਦੇ ਕੈਂਡ ਕਾ ਵੀ ਲਾ ਦੇ ਮੋਡਲ ਬਣਿਆ ਖੜਾ ਓ ਹੋ ਵੀ ਬੜਾ ਕੈਂਡ ਆਈ ਜਾਂਦਾ ਉਸ ਤੋਂ ਆਡੀਟੋਰੀਅਮ ਬਾਈ ਆਡੀਟੋਰੀਅਮ ਆਈ ਆ ਨਾ ਯਾਰ ਨਿਊ ਐਡਮਿਸ਼ਨ ਹੈ ਅਰੇ ਨਿਊ ਐਡਮਿਸ਼ਨ ਹੀ ਆਇਆ ਅੱਜ ਉਹ ਹੈ ਮੇਰੇ ਖਿਆਲ ਆਡੀਟੋਰੀਅਮ ਕਿੱਥੇ ਭੇਜ ਦੇਣਗੇ ਕਲਾਸ ਇੰਜੋਏ ਫਸਟ ਡੇ ਬ੍ਰੋ ਤੇ ਗਾਈਸ ਬਹੁਤ ਹੀ ਸ਼ਾਈ ਫੀਲ ਹੋ ਰਿਹਾ ਇਸ ਤੋਂ ਬਾਅਦ ਕੀ ਮੈਨੂੰ ਗਾਲਾਂ ਪੈਣ ਤੇ ਮੈਂ ਫੋਨ ਬੰਦ ਹੀ ਕਰ ਦਿੰਦਾ ਓ ਮਾਈ ਗਾਡ ਆਹ ਫੋਨ ਕਿੰਨਾ ਘੈਂਟ ਲੱਗਦਾ ਨਾ ਯਾਰ ਕਿੰਨਾ ਕਿਊਟ ਆ ਫੋਨ ਜਾਕਾਂ ਵਾਸਤੇ ਹੈ ਠੀਕ ਆ ਕੋਲੇ ਯਾਰ ਹੁਣ ਬਸ ਕਲਾਸਮੇਟ ਜਿਹੜੇ ਹੁਣ ਸਹੀ ਮਿਲ ਜਾਣ ਕਈ ਵਾਰੀ ਕਲਾਸਮੇਟ ਹੋਰ ਤਰੀਕੇ ਦੇ ਮਿਲ ਜਾਂਦੇ ਆ ਇਹਦੇ ਝਾੜੀਆਂ ਵੀ ਆਹੋ ਆਹੋ ਵੈਸੇ ਤਾਂ ਹਜੇ ਤਾਂ ਕੋਈ ਜਾਣਦਾ ਨਹੀਂ ਯਾਰ ਕਲਾਸ 'ਚ ਤਾਂ ਯਾਰ ਕੋਈ ਜਾਣੇ ਵੈਸੇ ਸਪੀਚ ਸਪੂਚ ਸੋਹਣੀ ਦਿੱਤੀ ਮੈਡਮ ਨੇ ਜਿਹੜੀ ਆਡੀਟੋਰੀਅਮ 'ਚ ਦਿੱਤੀ ਆ ਮੈਨੂੰ ਤਾਂ ਆਡੀਟੋਰੀਅਮ ਦਾ ਮਤਲਬ ਪਤਾ ਸੀਗਾ ਤੁਹਾਨੂੰ ਨਹੀਂ ਪਤਾ ਸੀਗਾ ਮੈਨੂੰ ਪਤਾ ਲੱਗ ਗਿਆ ਸੀ ਪਰ ਮੈਨੂੰ ਪਤਾ ਸੀ ਆਡੀਟੋਰੀਅਮ ਦਾ ਮਤਲਬ ਮੈਂ ਕਿਉਂਕਿ ਯੂਟਿਊਬ 'ਤੇ ਸਰਚ ਕਰ ਲਿਆ ਸੀਗਾ ਮੈਂ ਕੁਝ ਪੁੱਛਣਾ ਲੈਣ ਕਿਤੇ ਹੁਣ ਇੰਟਰੋਡਕਸ਼ਨ ਕਾਕਾ ਇੰਗਲਿਸ਼ 'ਚ ਦਊਂਗੀ ਹਿੰਦੀ 'ਚ ਕਿ ਪੰਜਾਬੀ 'ਚ ਪੰਜਾਬੀ 'ਚ ਮੈਂ ਪੰਜਾਬੀ 'ਚ ਦਊਂਗਾ ਗਾਈਜ਼ ਅਸੀਂ ਸੀਗੇ ਮੈਂ ਰਾਜ ਤੇ ਕਰਨ ਸੀਗੇ ਬੀਕੌਮ ਵਾਲੇ ਤੇ ਇਹ ਸੀ ਬੀਸੀ ਵਾਲਾ ਮੈਂ ਉਹਨੂੰ ਕਹਿੰਦੀ ਬਾਹਰ ਚੱਲ ਕਹਿੰਦੀ ਇੱਥੇ ਕਰਦਾ ਕਹਿੰਦੀ ਉਹ ਮੈਡਮ ਹੀ ਖੜ ਲੈਂਦਾ ਉਹ ਕਹਿੰਦੀ ਨਹੀਂ ਬਾਹਰ ਚੱਲ ਤੂੰ ਬਾਹਰ ਜਾ ਮੈਂ ਰਾਜ ਕਹਿੰਦਾ ਇਹ ਤਾਂ ਬਹੁਤ ਹੁਸ਼ਿਆਰ ਆਈ ਮੈਡਮ ਕਹਿੰਦੀ ਬਕਵਾਸ ਕੁਝ ਜ਼ਿਆਦਾ ਨਹੀਂ ਕਰਦਾ ਤੁਹਾਡਾ ਟਾਂਗ ਤੂੰ ਪੁੱਟਾ ਟਾਂਗ ਮੈਡਮ ਕਹਿੰਦੀ ਮੈਂ ਕਲਾਸ ਹੀ ਕੋਠੇ ਦੇ ਤਾਲ ਲਿੱਤੇ ਹੋਏ ਤੁਹਾਨੂੰ ਲੱਤਾਂ ਫੜਾ ਤਾਂ ਸਿਰ ਥੱਲੇ ਤੁਹਾਡਾ ਨਿਆਰਾ ਆਊਗਾ ਚਲੋ ਕਾਲਜ 'ਚ ਪੜ੍ਹਨ 'ਚ ਦੇਖਾਂਗੇ ਕੱਲ੍ਹ ਫਸਟ ਕਲਾਸ ਲਾ ਕੇ ਅੱਜ ਆਡੀਟੋਰੀਅਮ ਸੀਗਾ ਕੱਲ੍ਹ ਤੁਹਾਨੂੰ ਕਲਾਸ ਵੀ ਇੰਜੋਏ ਕਰਾਵਾਂਗੇ ਅਤੇ ਆਡੀਟੋਰੀਅਮ ਸੀਗਾ ਅੱਜ ਯਾਰ ਜ਼ਿਆਦਾ ਬਣਾ ਨਹੀਂ ਸਕਿਆ ਕਿਉਂਕਿ ਸਾਰੇ ਟੀਚਰਸ ਸੀਗੇ ਤਾਂ ਕਰਕੇ ਅਤੇ ਚੱਲੀਏ ਹੁਣ ਘਰੇ ਨੂੰ ਹੁਣ ਜਾਂਦੇ ਗਾਈਜ਼ ਘਰਾਂ ਨੂੰ ਬਹੁਤ ਟਾਈਮ ਹੋ ਚੁੱਕਿਆ ਆਇਓ ਯਾਰ ਜੈਸੇ ਆਈ ਲਵ ਬਠਿੰਡਾ ਹੈ ਵੈਸੇ ਆਈ ਲਵ ਰਜਿੰਦਰਾ ਵਾਹ ਕਿਆ ਬਾਤ ਹੈ ਵਾਹੀ ਹੁਣ ਇਹਦੇ ਫੋਟੋ ਫੋਟੋ ਕਲਿੱਕ ਕਰਦੇ ਹਾਂ ਗਾਈਜ਼ ਅਲੱਗ ਵਲੌਗ ਬਣਾਈਏ ਇੱਕ ਫੋਟੋ ਕਲਿੱਕ ਕਰੀਏ ਉੱਥੇ ਦੀ ਨੈਕਸਟ ਡੇ ਹਾਂਜੀ ਤੇ ਅੱਜ ਸਿਰੇ ਸਿਰੇ ਹੀ ਰੈਡੀ ਸ਼ੈਡੀ ਹੋ ਚੁੱਕੇ ਹੋਏ ਹਾਂ ਅਤੇ ਅੱਜ ਸਿਰੇ ਸਿਰੇ ਉੱਠ ਗਏ ਸੀ ਯਾਰ 7 ਵਜੇ ਵੈਸੇ ਤਾਂ ਛੇਤੀ ਉੱਠ ਹੀ ਜਾਂਦੇ ਹੁੰਦੇ ਹਾਂ ਪਰ ਅੱਜ ਵੀ ਛੇਤੀ ਉੱਠੇ ਸੀ ਅਤੇ ਸਿਰੇ ਸਿਰੇ ਤਿਆਰ ਹੋ ਕੇ ਸੈਂਟਰ ਜਾ ਆਏ ਹਾਂ ਅਤੇ ਸੈਂਟਰ ਤੋਂ ਆ ਕੇ
हूँ जाना कॉलेज क्योंकि कॉलेज स्टार्ट हो चुके हुए हैं। तो कॉलेज का टाइम है 9 बजे का, तो 9 अपन घर ही बज गए, 9:05 हो चुके हुए हैं। मुंडा आ रहा हजे तक आया नहीं, उन्हें कोई काम पै गया तो हजे तक गए ही नहीं कॉलेज, थोड़ी लेट चल जाएंगे 10-15 मिनट कोई। अज यार घेंट जहा फील हो रहा क्योंकि कॉलेज का फर्स्ट डे आ, लैक्चर लगन गए, देखांगे अज कॉलेज की कुछ आ, किवें दी पढ़ाई आ, औखी आ सौखी आ, जिवें मर्जी देखांगे अज की कुछ होगा। कल तो ऑडिटोरियम सीगा, ज़्यादा कुछ पता नहीं लग्या क्लासा वगैरह का, बट अज क्लास का पता लगेगा, नाले तुहानू भी इंजॉय करावांगे कॉलेज लाइफ। तो जुड़े रहियो, तुहानू चीज़ा विखावांगे कॉलेज दियाँ, जिहड़े जिहड़े कॉलेज पढ़ते आ उन्होंने तो पता ही होगा यार कॉलेज लाइफ किन्नी वधिया हुंदी आ। बाकी मेरा मन नहीं सी कॉलेज जाण दा, आपणा प्लैन कुछ होर सी, बट घर दे ने कहा कॉलेज कॉलेज भी करांगे। तो 3 साल की अपना बीकॉम ऑनर्स का, फिर उस तो बाद जो आप सोचा वो करांगे, तो फिलहाल करके चलो। बाकी तो अगे का प्लैन है, फ्यूचर प्लैन हजे नहीं दसना। तो बाकी हुण कॉलेज चलते हैं, टाइम थोड़ा वध हो चुका आ, बट कोई नहीं यार, आप शुरू तो ही लेट लतीफ हाँ, स्कूल भी लेट ही जाते, आप छेती नहीं जाते सी, तो जाने तो दिखाने तुम कॉलेज जाके। वैसे तो कॉलेज दिखाता है, बट अज कुछ डिफरेंट दिखावे कॉलेज लाइफ, जुड़े रहो। पहले दिन ही लेट लतीफ ते गाला पै जानी है, देखियो मेरे देख दे अंदर आके की बनता, स्टार्ट होया लेक्चर के नहीं फर्स्ट लैक्चर लग चुका है गाइस, ते बाहर देख के कुछ लभ्या नहीं कैंटीन चो खाण नूं, तां हुण क्लास बैठा दोबारा, अगला लैक्चर 11:15 बजे इतनी देर बस। नवें नवे इन्हां नूं पता नहीं मैं हजे की कुछ करना, ये भाई जी तो अपन पहले तो जानते ही थोड़ा बहुत, तो इन्हों हजे नहीं पता भी आप ब्लॉगिंग करते हैं, देखिए तो करी जाता मैं ये लगती है कि क्लास फिर मिल गया थोड़ा। हाँ चीज़ वधिया ना यार, स्कूल तो आप बाहर नहीं आ सकते, कॉलेज जो मर्जी बाहर आओ, जो अंदर जाओ हूँ गाइस, अंदर कुछ खाने को है ही नहीं, कंटीन इन्नी कि ज़्यादा वो है ना यार, हम कुछ खाने बहरों देखते हैं। तो गाइस लैक्चर इन्नी ज़्यादा बोरिंग है ना, बस नींद भी आएगी लैक्चर से, मैडम कहती कल तो तुम ना चौक तो मर मर कहती तुम पानी वाले पहला मुँह धोया करो कि फेस वॉश न, फिर उस बाद क्लासा लाया करियो। देखते हैं गाइस आ पार्किंग है, कल गड्डी भी आवा गर्मी ने यार मत मार रखी यार, बड़ी गर्मी। देखते हैं कुछ खान पीन खाने नहीं, फिर अंदर ही जाने फिर दोबारा, तो कुलचा खाने गई हूँ, 3 साल ब्लॉग बना देना दिला पे आने पता नहीं लगना हरेक दिन का अलग ब्लॉग, 3 साल किन्ने दिन होंगे, 365 365 365 1200-1300 ब्लॉग कॉलेज से ही आए गए, खाने कही जाते भुख बड़ी लगी है। खाने एक हतना खादा नहीं आना, फिर मिलते हैं सामने क्रीमा क्रूमा वधिया पाई हुई खा के देखते कि लगे, फिर दस जाना कुलचा तो कहीं जन हो चुका होया, तो यार आ गया खा के भुख मिट गई, तो हूँ अंदर जाने किन्ने बजे तक ना क्लास अपनी अपनी 12 बजे 12 बजे तक 12 लास्ट कद देख रहे किन्ने वे मैं छोटा लग रहा यार, चलो जाने अंदर थक गए गाइस, कॉलेज चुकन यार गर्मी इन्नी उतो यार
ਕਲਾਸਾਂ 'ਚ ਜਿਵੇਂ ਕਿਸੇ ਨੇ ਪੜ੍ਹ ਲਿਆ ਨਾ ਫੋਨ ਚਲਾਉਂਦੇ ਆ ਤਾਂ ਕੰਮ ਔਖਾ ਹੋ ਜਾਣਾ ਫੋਨ ਹੋ ਬਾਹਰ ਜਾਂਦੇ ਆ ਗਾਈਸ ਦੋ ਪੀਰੀਅਡ ਰਹਿ ਗਏ ਤੇ ਫਿਰ ਮਿਲਦੇ ਆ ਆਪਣਾ ਮਿਊਜ਼ੀਅਮ ਹੈ ਪਰ ਹਜੇ ਬੰਦ ਹੈ ਕਦੇ ਦਿਖਾਵਾਂਗੇ ਛੁੱਟੀ ਹੋ ਚੁੱਕੀ ਹੋਈ ਆ ਗਾਈਸ ਤੇ ਹੁਣ ਚੱਲਿਆ ਘਰਾਂ ਨੂੰ ਘਰੇ ਆ ਕੇ ਸੋਨੇ ਆ ਸ਼ਾਮੀ ਵੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਫਿਲਹਾਲ ਤਾਂ ਬਹੁਤ ਨੀਂਦ ਆ ਚੁੱਕੀ ਹੋਈ ਆ ਕਿਉਂਕਿ ਸਵੇਰੇ 7-6 ਵਜੇ ਤਾਂ ਉੱਠਿਆ ਹਾਂ ਮੈਂ ਸੋਨੇ ਆ गाइस जे व्लॉग इंजॉय किया हो कॉलेज वाला तो जे व्लॉग इंजॉय किया हो व्लॉग में करो लाइक मेंट शेयर नाले चैनल कर लो सबसक्राइब से 800 सबसक्राइबर गाइस अपने हो चुके हुए हैं तो 1K सबसक्राइबर करन च सिर्फ 200 सबसक्राइबर रह गए हुए हैं तो जल्दी जल्दी चैनल में सबसक्राइब कर लो नीचे जाके तो मिलते हैं किसी अगले व्लॉग च या वीडियो च टिल देन बाय बाय टेक केयर बाय बाय।